ਥੈਂਕ ਯੂ ਜੀ ਤੁਹਾਡਾ ਮੀਡੀਆ ਵਾਲਿਆਂ ਦਾ ਪਹੁੰਚਣ ਵਾਲਾ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਅਸੀਂ ਕੀਤੀ ਹੈ ਸਪੈਸ਼ਲ ਪੀਪੀ ਦੀ ਰਿਕੁਐਸਟ ਵਾਸਤੇ, ਤਾਂ ਕਿ ਅਸੀਂ ਆਪਣੀ ਜਿਹੜੀ ਹੈ ਬੇਨਤੀ ਹੈ ਉਹ ਗਵਰਨਰ ਸਾਹਿਬ ਤੱਕ ਪਹੁੰਚਾ ਸਕੀਏ। ਸਪੈਸ਼ਲ ਪੀਪੀ ਦੀ ਵੇਟ ਕਰ ਰਹੇ ਹਾਂ ਅਵਤਾਰ ਸਿੰਘ ਮਰਡਰ ਕੇਸ ਦੇ ਵਿੱਚ। ਕੋਰਟ ਟ੍ਰਾਇਲ ਸਟਾਰਟ ਹੋ ਗਈਆਂ ਨੇ। ਅਨਫੋਰਚੁਨੇਟਲੀ ਜਿਹੜੀ ਹੈ ਸਪੈਸ਼ਲ ਪੀਪੀ ਜਿਹੜਾ ਸਾਨੂੰ ਅਪਰੂਵ ਨਹੀਂ ਕੀਤਾ ਜਾ ਰਿਹਾ ਅਜੇ ਤੱਕ। ਦੁਬਾਰਾ ਅਸੀਂ ਐਪਲੀਕੇਸ਼ਨ ਜਿਹੜੀ ਆ 8 ਅਗਸਤ ਨੂੰ ਗਵਰਨਰ ਸਰ ਨੂੰ, ਗਵਰਨਰ ਹਾਊਸ ਸ੍ਰੀਨਗਰ 'ਚ ਜਿਹੜੀ ਹੈ ਬਾਏ ਹੈਂਡ ਦੇ ਕੇ ਆਏ ਹਾਂ। ਲਾਅ ਸੈਕਟਰੀ ਨੂੰ ਸ੍ਰੀਨਗਰ ਦੇ ਕੇ ਆਏ ਹਾਂ। ਜਿਹੜੀ ਐਪਲੀਕੇਸ਼ਨ 8 ਅਗਸਤ ਦੀ ਚੱਲੀ ਹੈ ਉਹਦੇ 'ਤੇ ਸਾਨੂੰ ਗੋਲ ਗੋਲ ਘੁਮਾਇਆ ਜਾ ਰਿਹਾ ਹੈ, ਇੱਕ ਦਫ਼ਤਰ ਤੋਂ ਦੂਜੇ ਦਫ਼ਤਰ, ਦੂਜੇ ਤੋਂ ਤੀਜੇ, ਡਿਫਰੈਂਟ ਡਿਫਰੈਂਟ ਲੋਕਾਂ ਨੂੰ ਕੋਈ ਫਲਾਣੇ ਅਫਸਰ ਨਾਲ ਗੱਲ ਕਰ ਲਓ, ਦੂਜੇ ਕੋਲ ਹੈ, ਤੀਜੇ ਕੋਲ ਹੈ ਐਪਲੀਕੇਸ਼ਨ, ਲੇਕਿਨ ਅਜੇ ਤੱਕ ਉਹਦਾ ਕੋਈ ਪ੍ਰੋਸੈਸ ਨਹੀਂ ਮਿਲ ਰਿਹਾ। ਜਾਣ ਬੁੱਝ ਕੇ ਜਿਹੜਾ ਹੈ ਇਹ ਡਿਲੇਅ ਕੀਤਾ ਜਾ ਰਿਹਾ। ਪ੍ਰੋਸੈਸ ਡਿਲੇਅ ਕਰਨ ਦਾ ਕਾਰਨ ਹੈ ਸੰਜੀਵ ਵਰਮਾ, ਕਿਉਂਕਿ ਉਹਨਾਂ ਦੇ ਸਹੁਰਾ ਜਿਹੜੇ ਨੇ, ਸਸੁਰਾਲ ਆਪਣੇ ਫਾਦਰ ਇਨ ਲਾਅ, ਉਹ ਜਿਹੜੇ ਨੇ ਇਹਦੇ ਮੇਨ ਕੋਨਸਪਰੇਟਰ ਨੇ, ਉਹ ਜੇਲ੍ਹ ਦੇ ਅੰਦਰ ਬੰਦ ਕੀਤੇ ਗਏ ਨੇ। ਅਤੇ ਇਹਨਾਂ ਨੂੰ ਛੁਡਾਉਣ ਵਾਸਤੇ ਇਹ ਕੰਮ ਕੀਤਾ ਜਾ ਰਿਹਾ ਕਿ ਸਾਨੂੰ ਸਪੈਸ਼ਲ ਪੀਪੀ ਨਾ ਡਿਲੇਅ ਕੀਤਾ ਜਾਵੇ। ਇਹਨਾਂ ਦੀਆਂ ਬੇਲਾਂ ਲਾਈਆਂ ਜਾ ਰਹੀਆਂ ਨੇ, ਕੁਛ ਬੰਦੇ ਜਿਹੜੇ ਅਰੈਸਟ ਵੀ ਨਹੀਂ ਅਜੇ ਉਹਨਾਂ ਦੀਆਂ ਵੀ ਬੇਲਸ ਲਾਈਆਂ ਹੋਈਆਂ ਨੇ। ਸੋ ਅਸੀਂ ਹੈਲਪਲੈਸ ਹਾਂ। ਸਾਨੂੰ ਜਿਹੜੀ ਇੱਕ ਆਮ ਨਾਗਰਿਕ ਦੀ ਜਿਹੜਾ ਹੱਕ ਹੈ ਸਪੈਸ਼ਲ ਪੀਪੀ ਮਿਲਣ ਦਾ, ਉਹ ਦਿੱਤਾ ਨਹੀਂ ਜਾ ਰਿਹਾ। ਇਹੀ ਕੇਸ ਅਗਰ ਡਿਫਰੈਂਟਲੀ ਹੁੰਦਾ, ਜਿੱਥੇ ਕਿ ਸੰਜੀਵ ਵਰਮਾ ਦਾ ਸਹੁਰਾ ਇਨਵੋਲਵ ਨਾ ਹੁੰਦਾ, ਕੋਈ ਨੋਰਮਲ ਲੋਕ ਹੁੰਦੇ, ਫਿਰ ਇਸ ਚੀਜ਼ 'ਚ ਪ੍ਰੋਬਲਮ ਨਹੀਂ ਆਉਣੀ। ਲੇਕਿਨ ਕਿਉਂਕਿ ਸੰਜੀਵ ਵਰਮਾ ਦਾ ਇੱਥੇ ਇਨਵੋਲਵਮੈਂਟ ਹੈਗੀ, ਥੱਲੇ ਜਿੰਨਾ ਸਿਸਟਮ ਜਿਹੜੇ ਲੋਕ ਕੰਮ ਕਰਨਾ ਵੀ ਚਾਹੁੰਦੇ ਨੇ ਆਫਿਸਰ, ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਆਪਣੀ ਪਾਵਰ ਦਾ ਇਸਤੇਮਾਲ ਕਰ ਰਿਹਾ ਸੰਜੀਵ ਵਰਮਾ। ਇਸ ਕਰਕੇ ਲਾਅ ਸੈਕਟਰੀ ਜਿਹੜਾ ਉਹ ਇਹਨਾਂ ਦੇ ਲੋਇਰ ਹੈ ਜਿਹੜਾ ਸੁਨੀਲ ਸੇਠੀ, ਉਹਦਾ ਕਜ਼ਨ ਬ੍ਰਦਰ ਹੈ, ਸ਼ਾਇਦ ਉਸ ਪੋਜੀਸ਼ਨ ਦਾ ਵੀ ਮਿਸਯੂਜ਼ ਹੋ ਰਿਹਾ, ਕਿਉਂਕਿ ਇੰਨਾ ਟਾਈਮ ਲੱਗਣਾ ਨਹੀਂ ਚਾਹੀਦਾ। ਪਰਸਨਲੀ ਮਿਲਣ ਤੋਂ ਬਾਵਜੂਦ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਜਲਦੀ ਅਪਰੂਵ ਕਰਾ ਦਾਂਗੇ ਤੁਹਾਡੀ ਐਪਲੀਕੇਸ਼ਨ, ਪਹਿਲਾਂ ਵੀ ਇੱਕ ਆਈ ਹੈ, ਨਵੀਂ ਜਿਹੜੀ ਆਈ ਹੈ ਉਹਨੂੰ ਤਾਂ ਛੱਡੋ, ਇਹ ਤਾਂ ਪੁਰਾਣੀ ਨਹੀਂ ਇਹਨਾਂ ਨੇ ਅਪਰੂਵ ਕੀਤੀ। ਅਸੀਂ ਆਪਣੀ ਮਰਜ਼ੀ ਨਾਲ ਅਗਰ ਕਿਸੇ ਲੋਇਰ ਨੂੰ ਚਾਹੁੰਦੇ ਹਾਂ, ਜੋ ਸਾਡਾ ਹੱਕ ਹੈ, ਗਵਰਨਮੈਂਟ ਜਿਹੜਾ ਹੈ ਸੰਵਿਧਾਨ ਜਸਟਿਸ ਇਹ ਅਲਾਓ ਕਰਦੀ ਹੈ, ਉਹਨੂੰ ਕਿਉਂ ਰੋਕਿਆ ਜਾ ਰਿਹਾ? ਕੁਛ ਆਫਿਸਰ ਆਪਣੇ ਬੈਨੀਫਿਟ ਵਾਸਤੇ, ਜਿਹੜੇ ਬੰਦੇ ਅੰਦਰ ਨੇ ਮਾਫੀਆ ਦੇ, ਇਹਨਾਂ ਦੇ ਬੈਨੀਫਿਟ ਵਾਸਤੇ ਜਿਹੜਾ ਸਪੈਸ਼ਲ ਪੀਪੀ ਜਿਹੜਾ ਉਹ ਡਿਲੇਅ ਕੀਤਾ ਜਾ ਰਿਹਾ। ਅਸੀਂ ਗਵਰਨਰ ਸਰ ਨੂੰ ਬੇਨਤੀ ਕਰ ਰਹੇ ਹਾਂ, ਸਰ ਪਲੀਜ਼ ਇਸ ਮੈਟਰ ਨੂੰ ਆਪ ਤੁਸੀਂ ਲੁੱਕ ਆਫਟਰ ਕਰੋ, ਜਿੱਦਾਂ ਤੁਸੀਂ ਪਹਿਲਾਂ ਕੀਤਾ ਅਵਤਾਰ ਸਿੰਘ ਦੇ ਕੇਸ ਦੇ ਵਿੱਚ। ਅਤੇ ਤੁਹਾਡੀ ਵਜ੍ਹਾ ਨਾਲ ਸਾਰੀ ਸਿੱਟ ਨੇ, ਓਨੈਸਟ ਆਫਿਸਰਸ ਨੇ ਇਹ ਕੰਮ ਕੀਤਾ, ਇਹ ਬੰਦੇ ਅੰਦਰ ਹੋਏ। ਸਾਨੂੰ ਸਪੈਸ਼ਲ ਪੀਪੀ ਚਾਹੀਦਾ ਤਾਂ ਕਿ ਅਸੀਂ ਆਪਣੇ ਪੀਪੀ ਨਾਲ ਅੱਗੇ ਲੜ ਸਕੀਏ। ਨੈਕਸਟ ਹੀਅਰਿੰਗ ਸਾਡੀਆਂ ਇਸੇ ਮੰਥ ਹੈ, ਸੂਨ ਹੈ, ਵਿਦਇਨ ਨੈਕਸਟ 5 ਡੇਜ਼। ਸੋ ਪਲੀਜ਼ ਸਾਡੀ ਰਿਕੁਐਸਟ ਹੈ ਇਹਨੂੰ ਅਪਰੂਵਲ ਕੀਤਾ ਜਾਵੇ। ਐਪਲੀਕੇਸ਼ਨ ਥੱਲੋਂ ਜੰਮੂ ਤੋਂ DG ਪ੍ਰੋਸੀਕਿਊਸ਼ਨ ਤੋਂ ਅਪਰੂਵ ਹੋ ਕੇ 30 ਅਗਸਤ ਦੀ ਜਿਹੜੀ ਆ ਲਾਅ ਸੈਕਟਰੀ ਕੋਲ, ਪਲੱਸ ਹੋਮ ਸੈਕਟਰੀਏਟਸ, ਹੋਮ ਡਿਪਾਰਟਮੈਂਟ ਦੇ ਵਿੱਚ ਜਿਹੜਾ ਯਾਸਿਰ ਫਾਰੂਕ ਨੇ ਐਪਲੀਕੇਸ਼ਨ ਉਹਨਾਂ ਕੋਲ ਹੈ। ਹੁਣ ਇਹਦਾ ਅਪਰੂਵਲ ਦੀ ਵੇਟ ਹੈ। ਇਹ ਪਲੀਜ਼ ਜਿੰਨੀ ਜਲਦੀ ਅਪਰੂਵਲ ਹੋਏਗਾ ਅਸੀਂ ਕੋਰਟ ਦੇ ਵਿੱਚ ਆਪਣਾ ਕੇਸ ਜਿਹੜਾ ਲੜ ਸਕਦੇ ਹਾਂ। ਥੈਂਕ ਯੂ।